ਵਾਲੇਕੁਮ, ਕੀ ਹਾਲ ਜੀ ਦੋਸਤਾਂ ਦਾ? ਠੀਕ ਠਾਕ ਜੀ। ਅੱਜ ਦੀ ਜਿਹੜੀ ਵੀਡੀਓ ਹੈਗੀ ਹੈ ਜੀ ਸਾਡੀ, ਅਸੀਂ ਆਏ ਹਾਂ ਹੁੰਡਾ ਵਾਲਿਆਂ ਦੇ ਸ਼ੋਰੂਮ 'ਤੇ। 125 ਮਾਡਲ ਆ ਅਤੇ ਉਹਦਾ ਜਿਹੜਾ ਨਾ ਨਵਾਂ ਲਾਂਚ ਹੋਇਆ, ਤਾਂ ਅਸੀਂ ਉਹਦੇ ਬਾਰੇ ਤੁਹਾਨੂੰ ਮਾਲੂਮਾਤ ਦੱਸਾਂਗੇ। ਬਾਕੀ ਅਸੀਂ ਇਸ ਟਾਈਮ ਮੌਜੂਦ ਹਾਂ ਖਾਨਗੜ੍ਹ ਡੋਗਰਾ, ਤਹਿਸੀਲ ਸਫਦਰਾਬਾਦ, ਜ਼ਿਲ੍ਹਾ ਸ਼ੇਖੂਪੁਰਾ ਦਾ ਸ਼ੋਰੂਮ ਆ ਡੋਗਰ ਆਟੋ ਵਾਲਿਆਂ ਦਾ, ਉਹਨਾਂ ਦੇ ਕੋਲ ਮੌਜੂਦ ਹਾਂ। ਬਾਕੀ ਅਸੀਂ ਹੁਣ ਤੁਹਾਨੂੰ ਦਿਖਾਵਾਂਗੇ ਸ਼ੋਰੂਮ 'ਤੇ ਜਾ ਕੇ ਮੋਟਰਸਾਈਕਲ, ਉਹਦੀ ਪ੍ਰਾਈਜ਼, ਉਹਦੀ ਡਿਟੇਲ, ਕੀ ਤਬਦੀਲੀਆਂ ਕੀਤੀਆਂ ਨੇ, ਕਿਹੜੇ ਨਵੇਂ ਮਾਡਲ ਦੇ ਵਿੱਚ ਜਿਹੜੀਆਂ ਆਈਆਂ, ਕੀ ਚੇਂਜਿੰਗਾਂ ਕੀਤੀਆਂ ਨੇ, ਕੀਮਤ ਦੇ ਵਿੱਚ ਕਿੰਨਾ ਫਰਕ ਆਇਆ ਵਾ, ਮਾਡਲ ਦੇ ਵਿੱਚ ਕੀ ਫਰਕ ਆ, ਸਟੀਕਰ 'ਚ ਕੀ ਫਰਕ ਆ, ਇਹਦੀ ਸਾਰੀ ਮਾਲੂਮਾਤ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ। ਅਸੀਂ ਹੁਣ ਸ਼ੋਰੂਮ ਦੇ ਅੰਦਰ ਆ ਗਏ ਹਾਂ, ਤਾਂ ਅਸੀਂ ਤੁਹਾਨੂੰ ਦਿਖਾਉਂਦੇ ਹਾਂ 20 ਮਾਡਲ 125 ਖੜ੍ਹਾ ਵਾ। ਇਹ ਜੀ ਇਹਦਾ ਸਟੀਕਰ ਹੈਗਾ ਵਾ ਮੇਨ, ਇਹਦੇ ਵਿੱਚ ਜਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ ਵਾ, ਸਭ ਤੋਂ ਪਹਿਲੀ ਤਬਦੀਲੀ ਹੈ ਜੀ ਇਹਦਾ ਸਟੀਕਰ ਚੇਂਜ ਕੀਤਾ ਵਾ। ਜਿਹੜਾ ਸਟੀਕਰ 2020 ਦਾ ਸੀ ਉਸ ਤੋਂ ਇਹ ਮੁਖਤਲਿਫ ਸਟੀਕਰ ਆ, ਅਤੇ ਇਹਦੀ ਸ਼ੇਪ ਵੀ ਉਹਦੇ ਨਾਲੋਂ ਕਾਫੀ ਪਿਆਰੀ ਹੈ, ਕਾਫੀ ਡਿਫਰੈਂਟ ਬਣਾਇਆ ਉਹਨਾਂ ਸਟੀਕਰ ਨਜ਼ਰ ਆ ਰਿਹਾ ਵਾ। ਬਾਕੀ ਹੁਣ ਮਜ਼ੀਦ ਗੱਲਾਂ ਅਸੀਂ ਇੱਥੇ ਸੇਲ ਮੈਨੇਜਰ ਸਾਹਿਬ ਨੇ ਉਹਨਾਂ ਕੋਲੋਂ ਪੁੱਛਾਂਗੇ, ਉਹ ਸਾਨੂੰ ਦੱਸਣਗੇ ਇਹਦੀ ਕੀਮਤ ਕਿੰਨੀ ਆ, 20 ਦੀ ਕਿੰਨੀ ਕੀਮਤ ਆ, ਨੰਬਰ ਕਿੰਨੇ 'ਚ ਲੱਗਦਾ, ਸਾਰੀ ਡਿਟੇਲ ਉਹਨਾਂ ਕੋਲ ਅਸੀਂ ਪੁੱਛਦੇ ਹਾਂ। ਜੀ ਇਹਨਾਂ ਦਾ ਮੋਨੋਗ੍ਰਾਮ ਹੈਗਾ ਹੈ ਹੁੰਡਾ ਡੋਗਰ ਆਟੋ ਪਲਾਈਟ ਫਾਰ ਰਜਿਸਟ੍ਰੇਸ਼ਨ। ਅਗਰ ਕਿਸੇ ਦੋਸਤ ਨੂੰ ਹੁੰਦੀ ਆ ਮਤਲਬ ਜ਼ਰੂਰਤ ਹੁੰਦੀ ਹੈ ਤਾਂ ਇਸ ਨੰਬਰ 'ਤੇ ਰਾਬਤਾ ਕਰ ਸਕਦਾ, ਬਿਲਕੁਲ ਉਹਨਾਂ ਨੂੰ ਮਿਲ ਸਕਦਾ ਹੈ, ਕਿਉਂਕਿ ਹਜੇ 2020 ਦਾ ਹੈ ਵਾ, ਦਸਵਾਂ ਮਹੀਨਾ ਚੱਲ ਰਿਹਾ, ਹਜੇ 2 ਮਹੀਨੇ ਹੈਗੇ ਨੇ। ਮਤਲਬ ਕਈ ਦੋਸਤਾਂ ਦਾ ਸ਼ੌਕ ਹੁੰਦਾ ਕਿ ਅਸੀਂ ਪਹਿਲੇ ਹੀ 2021 ਸਟਾਰਟ ਹੋਣ ਤੋਂ ਪਹਿਲੇ ਹੀ ਅਸੀਂ ਲੈ ਲਈਏ, ਲੇਕਿਨ ਸਟੀਕਰ ਮੌਜੂਦ ਆ, ਗੱਡੀ ਨਵੀਂ ਮਾਡਲ 'ਚ ਆ ਗਈ ਆ। ਬਿਲਕੁਲ ਲਾਗੇ ਕਰਕੇ ਸਟੀਕਰ ਦਿਖਾ ਰਹੇ ਜੀ, ਅਸੀਂ ਤੁਹਾਨੂੰ ਸਾਰੀ ਚੇਂਜਿੰਗ ਦਿਖਾ ਦਿੱਤੀ। ਹੁਣ ਸੇਲ ਮੈਨੇਜਰ ਸਾਹਿਬ ਨੇ ਉਹਨਾਂ ਕੋਲੋਂ ਅਸੀਂ ਪੁੱਛਦੇ ਹਾਂ ਇਹਦੇ ਬਾਰੇ ਕੀਮਤ ਦਾ, ਡਿਟੇਲ ਸਾਰੀ ਕਿੰਨੇ ਦੀ ਆ, ਕਿੰਨੇ 'ਚ ਮਿਲਦੀ ਆ, ਨਵੀਂ ਨੰਬਰ ਦਾ ਕੀ ਹਿਸਾਬ ਕਿਤਾਬ, ਸਾਰੀ ਦੱਸ ਦਿਓ ਡਿਟੇਲ। ਕੀ ਹਾਲ ਹੈ ਸਰ, ਕੀ ਨਾਮ ਤੁਹਾਡਾ? ਫੈਸਲ, ਤੁਸੀਂ ਇੱਥੇ ਸੇਲ ਮੈਨੇਜਰ ਸਾਹਿਬ ਜੀ, ਅਤੇ ਸਰ ਤੁਸੀਂ ਕੋਈ ਸਾਨੂੰ ਦੱਸੋਗੇ ਆ 21 ਮਾਡਲ 125 ਆਏ ਦੇ ਬਾਰੇ ਸਾਨੂੰ ਕੋਈ ਦੱਸੋ ਜੀ। ਹਮਾਰਾ ਕਸਟਮਰ ਜਾ ਰਹਾ ਥਾ ਕਿ ਮਾਡਲ ਮੈਂ ਕੋਈ ਚੇਂਜਿੰਗ ਆਏ ਤੋ ਐਡਰੈਸ ਆਉਂਦਾ ਨੇ ਉਸ ਮਿਆਰ ਦੇ ਮੁਤਾਬਕ ਜੇ ਮਾਡਲ ਲਾਂਚ ਕੀਤਾ ਜੇ 2021 ਮਾਡਲ ਆ ਜੀ ਇਹ ਆਇਆ तो मतलब इसमें स्टिकर चेंज किया, उसके अलावा जो कस्टमर चाह रहा था उसके मुताबिक इन्होंने चेंजिंग की। मतलब वो यही चाहते हैं कि पहले की तरह हमें मिले, कोई चेंजिंग वगैरह न्यू ना की जाए। मतलब इसके हवाले से ये है कि इसका स्टिकर चेंज किया, लेकिन दूसरी बात यह है कि जो कस्टमर पहले चला रहे हैं उसी के मुताबिक ही दूसरा मॉडल लॉन्च किया इन्होंने। तो सर इसकी कीमत आप बता सकते हैं कितनी है? न्यू कीमत इसकी वही है जो 20 मॉडल की थी, 1,29,300। कीमत में कोई चेंज नहीं आया, कीमत वही पुरानी कीमत है जो पहले थी, वही कीमत है। सही हो गया। तो सारा अब 1,29,900 में मिलेगा, तो इसका नंबर लगाने के कितने पैसे? के आई थिंक 4,000 रुपया, 4,000 का नंबर इंटर करके 1,30,000, 1,34,000 में 21 मॉडल जो 125 वो मिल सकता है। तो सर कई कस्टमर ऐसे होते हैं कि वो कहते हैं कि हमारे पास पुराना मॉडल है, हम न्यू लेना चाहते हैं पुराना दे के, वो आपके साथ कंपनी आपको सहूलत दे रही है कि नहीं? कंपनी आपको सहूलत दे रही है क्या, पुराना मॉडल देकर ਪਰ ਜੇ ਹੁੰਦੀ ਆ ਆਫਰ ਕਿ ਆਪ ਐਕਸਚੇਂਜ ਕਰ ਸਕਦੇ ਹਾਂ, ਲੀਜ਼ਿੰਗ ਤੇ ਹੋ ਸਕਦਾ ਜੀ, ਯਾਨੀ ਸਾਰੀ ਜੋ ਵੀ ਹਮਾਰੇ ਕਸਟਮਰ ਕੀ ਰਿਕੁਆਇਰਮੈਂਟ ਹੈ ਉਸਕੇ ਮੁਤਾਬਿਕ ਹਰ ਚੀਜ਼, ਯਾਨੀ ਕਿ ਜੋ ਕਸਟਮਰ ਚਾਹਤਾ ਆਪ ਉਸਕੇ ਮੁਤਾਬਿਕ ਉਨਕੀ ਪੂਰੀ ਬਾਤੇ ਮਾਨ ਜਾਤੇ ਹੈ। ਜੀ ਬਿਲਕੁਲ, ਸਹੀ ਗੈਂਟ ਵੀ ਹੋ ਜਾਏਗੀ, ਲੀਜ਼ਿੰਗ ਤੇ ਕੋ ਕਸਟਮਰ ਚਾਹਤਾ ਲੀਜ਼ਿੰਗ ਤੇ ਵੀ ਮਿਲਦੀ ਹੈ। ਕਿ ਇਹ ਨੇਮ ਬ੍ਰਾਂਡ ਵੀ ਟੋਟਲ ਹੋਣਾ ਕਿ ਜਿੰਨੀ ਵੀ ਬ੍ਰਾਂਚ ਜਹਾਂ ਵੀ ਮੌਜੂਦ ਹੈ ਉਹ ਸਭ ਇਹ ਸਹੂਲਤ ਦੇ ਰਹੇ ਹੈ, ਜਹਾਂ ਵੀ ਇਸਕੀ ਬ੍ਰਾਂਚਿਜ਼ ਹੈ। ਜਹਾਂ ਵੀ ਪੂਰੇ ਪਾਕਿਸਤਾਨ ਮੈਂ ਐਕਸਪ ਹੋਣਾ ਕਿ ਜਿੰਨੀ ਵੀ ਬ੍ਰਾਂਚ ਹੈ ਸਭ ਦੇ ਐਕਸਚੇਂਜ ਵੀ ਹੋਗਾ।
जी ठीक हो गया सर ने हमें बताई है जो भी इसमें चेंजिंग हो जो रिक्वायरमेंट है सब बता दिया डिटेल के साथ। ठीक है जी, अल्लाह हाफिज़।